सत श्री अकाल जी सारे नूं, तुसीं देख रहे हो ब्राड किचन। अज असी बनावांगे डोसा। डोसा बनाउण वास्ते जिहड़ियां चीज़ां दी सानूं लोड़ आ असी एक बारी देख लैंदे आ। चौल ते दाल असी रात भिओं के रखते सीगे ते हुण असी इहनां नूं ग्रैंड करांगे। असी इहनां नूं अलग अलग ग्रैंड करना है ते पोहे नूं ग्रैंड करन तों 15 मिंट पहलां भिओं के रखना सी। सब तों पहलां असी चौलां नूं ग्रैंड करांगे। असी एक जार दे विच पाउणे आ चौलां नूं। थोड़ा जिहा असी नाल पाणी पा लैणा है तां कि वधिया ग्रैंड हो जाण। इस नाल असी दो वारी ग्रैंड करांगे चौलां नूं। चौलां नूं असी चंगी तरह ग्रैंड कर लेना। इस तरह ही असी दाल ग्रैंड करांगे। जिवें असी चौलां नूं ग्रैंड कीता सी उस तरह ही असी दाल ग्रैंड करांगे ते इहदे विच असी थोड़ा जिहा पाणी पा लांगे। पाणी असी तां पावांगे क्योंकि ग्रैंड सौखी हो जावे दाल। दाल असी ग्रैंड कर ली आ ते हुण असी इहनूं भी कढ़दे हां इक डोंगे विच। दाल नूं भी असी चौलां वाले डोंगे 'च ही कढ लाँगे जिस 'च असी चौल ग्रैंड करके कढ़े सीगे, उस 'च असी दाल ग्रैंड करके कढ लाँगे। पोहा असी 15-20 मिंट पहलां भिओं के रख्या सी ते बहुत ज़्यादा फुल गया है ते पोला भी बहुत ज़्यादा हो गया। हुण असी इहनूं ग्रैंड करदे हां। असी पोहे 'च भी थोड़ा जिहा पाणी पा के ग्रैंड करांगे पोहे नूं। पोहा भी असी ग्रैंड कर लिया। हुण असी इहनूं भी उसे डोंगे विच ही कढ़ांगे। ਜਦੋਂ ਅਸੀਂ ਸਾਰਾ ਸਮਾਨ ਗ੍ਰੈਂਡ ਕਰ ਲਿਆ ਉਸ ਤੋਂ ਬਾਅਦ ਅਸੀਂ ਜਾਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਗ੍ਰੈਂਡ ਕਰਕੇ ਅਤੇ ਇਹਦੇ ਵਿੱਚ ਪਾ ਲਾਂਗੇ ਤਾਂ ਕਿ ਜਾਰ ਚੰਗੀ ਤਰ੍ਹਾਂ ਸਾਫ਼ ਹੋ ਜਾਵੇ। ਜਿਹੜਾ ਵਿੱਚ ਕੁਛ ਲੱਗਿਆ ਰਹਿ ਗਿਆ ਉਹ ਵੀ ਲੈ ਜਾਵੇ ਨਾਲੋਂ। ਸਮਾਨ ਤਿਆਰ ਹੋ ਗਿਆ ਡੋਸਾ ਬਣਾਉਣ ਵਾਸਤੇ ਅਤੇ ਹੁਣ ਅਸੀਂ ਇਹਨੂੰ ਮਿਕਸ ਕਰ ਲੈਂਦੇ ਵਿੱਚ। ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਵਿੱਚ ਕੋਈ ਗੰਢ ਨਾ ਰਹਿ ਜਾਵੇ। ਅਸੀਂ ਇਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ। ਹੁਣ ਅਸੀਂ 15-20 ਮਿੰਟ ਵਾਸਤੇ ਇਹਨੂੰ ਢੱਕ ਕੇ ਰੱਖ ਦਿਆਂਗੇ। ਸਭ ਤੋਂ ਪਹਿਲਾਂ ਅਸੀਂ ਪੈਨ ਰੱਖ ਕੇ ਉਹਦੇ ਵਿੱਚ ਘਿਓ ਲਾਵਾਂਗੇ ਅਤੇ ਫਿਰ ਗੈਸ ਬੰਦ ਕਰ ਦਿਆਂਗੇ ਅਤੇ ਥੋੜ੍ਹੇ ਜਿਹੇ ਪਾਣੀ ਦੇ ਛਿੱਟੇ ਮਾਰ ਕੇ ਪੈਨ ਨੂੰ ਠੰਡਾ ਕਰਾਂਗੇ ਅਤੇ ਫਿਰ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗੇ ਇੱਕ ਕੱਪੜੇ ਨਾਲ। ਇਸ ਨਾਲ ਨਾਲੇ ਤਾਂ ਪੈਨ ਦੀ ਸਫਾਈ ਹੋ ਜਾਂਦੀ ਆ ਅਤੇ ਨਾਲੇ ਥੋੜ੍ਹਾ ਜਿਹਾ ਠੰਡਾ ਹੋ ਜਾਂਦਾ ਪੈਨ। ਜਿਹੜਾ ਅਸੀਂ ਘੋਲ ਤਿਆਰ ਕੀਤਾ ਸੀ ਉਹਨੂੰ ਪੈਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਅਸੀਂ ਫੁਲਾ ਦੇਣਾ ਹੈ। ਜਦੋਂ ਘੋਲ ਨੂੰ ਅਸੀਂ ਪੈਨ ਦੇ ਵਿੱਚ ਪਾ ਲਿਆ ਅਤੇ ਉਹਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਫੁਲਾ ਤਾ, ਉਸ ਤੋਂ ਬਾਅਦ ਅਸੀਂ ਇਹਦੇ ਥੱਲੇ ਗੈਸ ਬਾਲਣਾ ਹੈ। ਫਿਰ ਇਹਦੇ ਸਾਈਡਾਂ 'ਤੇ ਸਾਰੇ ਇਸ ਤਰ੍ਹਾਂ ਅਸੀਂ ਘਿਓ ਲਾ ਦੇਣਾ ਹੈ। ਹੁਣ ਅਸੀਂ ਇਹਦੇ ਵਿੱਚ ਰੱਖਾਂਗੇ ਸਬਜ਼ੀ। ਸਬਜ਼ੀ ਅਸੀਂ ਆਲੂਆਂ ਦੀ ਤਿਆਰ ਕੀਤੀ। ਆਲੂਆਂ ਨੂੰ ਸਭ ਤੋਂ ਪਹਿਲਾਂ ਅਸੀਂ ਉਬਾਲ ਲਿਆ ਸੀ ਅਤੇ ਉਹਦੇ ਛੋਟੇ ਛੋਟੇ ਪੀਸ ਕਰਕੇ ਉਹਦੇ ਵਿੱਚ ਮਸਾਲੇ ਪਾਉਣੇ ਸੀ। ਲੂਣ, ਮਿਰਚ, ਮਸਾਲਾ ਅਤੇ ਹਲਦੀ ਅਤੇ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ ਸੀ। ਪਿਆਜ਼ ਛੋਟਾ ਜਿਹਾ ਕੱਟ ਕੇ ਉਹ ਬਰੀਕ ਬਰੀਕ ਉਹ ਵਿੱਚ ਪਾਤਾ ਸੀਗਾ। ਤੁਸੀਂ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ। ਗ੍ਰੀਨ ਸੌਸ ਵੀ ਇਕੱਲੀ ਪਾ ਸਕਦੇ ਹੋ ਵਿੱਚ। डोसा बन के तैयार हो गया है तो हुण असीं इस तरह फोल्ड करांगे। हुण असीं इहनूं इक प्लेट विच कढ लांगे। डोसा बन के तैयार हो गया है तो असीं इहनूं टोमैटो सॉस नाल सर्व करांगे ते जिहड़े बाकी दे रहिंदे उह वी इस तरह ही असीं बना लांगे। ਤੁਹਾਨੂੰ ਇਹ ਡੋਸਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜਿਹੜੇ ਇਸ ਚੈਨਲ 'ਤੇ ਨਵੇਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ।